ਦੁਕਾਨ ਦੇ ਵਿੱਚ ਸ਼ਰਾਬ ਪੀ ਕੇ ਵੜਿਆ ਚੌਂਕੀ ਇੰਚਾਰਜ। ਪਹਿਲਾਂ ਤਾਂ ਜੋੜਦਾ ਹੈ ਹੱਥ, ਬਾਅਦ ਦੇ ਵਿੱਚ ਦੁਕਾਨਦਾਰ ਨੂੰ ਧੂ ਕੇ ਹੀ ਲੈ ਜਾਂਦਾ ਹੈ। ਇਹ ਪੁਲਿਸ ਦਾ ਚੌਂਕੀ ਇੰਚਾਰਜ। ਤਾਂ ਦੱਸ ਦਈਏ ਕਿ ਤਸਵੀਰਾਂ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੁਲਿਸ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਰਾਤ ਵੇਲੇ ਕਰੀਬ 9:30 ਵਜੇ ਤੁਸੀਂ CCTV ਤਸਵੀਰਾਂ ਦੇ ਵਿੱਚ ਟਾਈਮ ਵੀ ਦੇਖ ਸਕਦੇ ਹੋ। 9:30 ਵਜੇ ਦਾ ਟਾਈਮ ਹੋ ਰਿਹਾ ਹੈ। ਦੁਕਾਨ ਦੇ ਵਿੱਚ ਗ੍ਰਾਹਕਾਂ ਦੀ ਭੀੜ ਲੱਗੀ ਹੈ ਅਤੇ ਦੁਕਾਨ ਦੇ ਵਿੱਚ ਐਂਟਰੀ ਹੁੰਦੀ ਹੈ ਚੌਕੀ ਇੰਚਾਰਜ ਅਤੇ ਉਸਦੇ ਸਾਥੀ ਮੁਲਾਜ਼ਮਾਂ ਦੀ। ਪਹਿਲਾਂ ਤਾਂ ਇਹ ਚੌਕੀ ਇੰਚਾਰਜ ਹੱਥ ਜੋੜ ਕੇ ਦੁਕਾਨ ਬੰਦ ਕਰਨ ਨੂੰ ਕਹਿੰਦਾ ਹੈ। ਤਾਂ ਦੁਕਾਨਦਾਰ ਅੱਗੋਂ ਸਵਾਲ ਕਰਦਾ ਹੈ ਕਿ ਹਾਲੇ ਤਾਂ 9:30 ਹੀ ਹੋਏ ਨੇ, ਹਾਲੇ ਕਿਵੇਂ ਦੁਕਾਨ ਬੰਦ ਕਰ ਦਈਏ? ਤਾਂ ਅੱਗਿਓਂ ਇਹ ਚੌਕੀ ਇੰਚਾਰਜ ਦੇਖੋ ਕਿਵੇਂ ਉਹਦੇ ਕਾਊਂਟਰ ਵਾਲੀ ਸਾਈਡ 'ਤੇ ਜਾਂਦਾ ਹੈ ਤਾਂ ਉਸਨੂੰ ਗਲੇ ਤੋਂ ਫੜ ਕੇ ਖਿੱਚਦਾ ਹੋਇਆ ਬਾਹਰ ਲੈ ਜਾਂਦਾ ਹੈ। ਬਾਹਰ ਲਿਜਾ ਕੇ ਇਹ ਸਿੱਧਾ ਇਸ ਦੁਕਾਨਦਾਰ ਨੂੰ ਚੌਕੀ ਇੰਚਾਰਜ ਚੌਂਕੀ ਵਿੱਚ ਲੈ ਕੇ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਇਸ ਤਰੀਕੇ ਦੇ ਇਲਜ਼ਾਮ ਦੁਕਾਨਦਾਰ ਦੇ ਵੱਲੋਂ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੂ ਦੇ ਵਿੱਚ ਉਹਨਾਂ ਦੀ ਇੱਕ ਬੇਕਰੀ ਦੀ ਦੁਕਾਨ ਹੈ, ਜਿੱਥੇ ਕਰੀਬ ਰਾਤ 9:30 ਵਜੇ ਦੁਕਾਨ ਦੇ ਵਿੱਚ ਚੌਂਕੀ ਇੰਚਾਰਜ ਆਉਂਦਾ ਹੈ। 9:30 'ਤੇ ਬੇਕਰੀ ਬੰਦ ਕਰਨ ਨੂੰ ਕਹਿ ਦਿੰਦਾ ਹੈ, ਪਰ ਦੁਕਾਨਦਾਰ ਕਹਿੰਦਾ ਹੈ ਕਿ ਹਾਲੇ ਤਾਂ ਦੁਕਾਨ ਬੰਦ ਕਰਨ ਦਾ ਸਮਾਂ ਹੀ ਨਹੀਂ ਹੋਇਆ। ਬਸ ਇੰਨੀ ਕੁ ਗੱਲ ਸੀ ਕਿ ਗ੍ਰਾਹਕਾਂ ਦੇ ਸਾਹਮਣੇ ਦੁਕਾਨਦਾਰ ਨੂੰ ਧੂ ਕੇ ਲੈ ਗਿਆ ਇਹ ਚੌਂਕੀ ਇੰਚਾਰਜ। ਤੁਸੀਂ ਦੱਸੋ ਕਿ ਇਸ ਤਰੀਕੇ ਦੇ ਨਾਲ ਗ੍ਰਾਹਕਾਂ ਦੇ ਸਾਹਮਣੇ ਕਿਸੇ ਦੁਕਾਨਦਾਰ ਨੂੰ ਧੂ ਕੇ ਲੈ ਕੇ ਜਾਣਾ ਠੀਕ ਗੱਲ ਹੈ? ਕਮੈਂਟ ਬਾਕਸ ਸਾਨੂੰ ਜਵਾਬ ਜ਼ਰੂਰ ਦਿਓ। ਉਹਨਾਂ ਚਿਰ ਦੇਖੋ ਤੁਸੀਂ ਇਹ ਤਸਵੀਰਾਂ ਜੋ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੁਲਿਸ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਕੱਲ ਜੀ 9:30 ਵਜੇ ਦਾ ਟਾਈਮ ਹੀ ਮੇਰੇ ਕੋਲ ASI ਰਾਜਵੀਰ ਸਿੰਘ ਅਤੇ 3 ਉਹਨਾਂ ਦੇ ਸਾਥੀ ਆਏ ਅਤੇ ਉਹਨਾਂ ਨੇ ਕਿਹਾ ਦੁਕਾਨ ਵਧਾ ਦਿਓ। ਮੈਂ ਰਿਕੁਐਸਟ ਕੀਤੀ ਉਹਨਾਂ ਨੂੰ, ਸਰ ਮੇਰੇ ਕੋਲ ਕਸਟਮਰ ਹੈ, ਮੈਂ 5-10 ਮਿੰਟ 'ਚ ਵਧਾ ਦਿੰਦਾ। ਉਹਨਾਂ ਨੇ ਮੈਨੂੰ ਕਿਹਾ ਜੀ ਐਫੀਡੇਵਿਟ ਬਣਾ ਦਿਓ ਕਿ ਕੱਲ੍ਹ ਨੂੰ ਕੋਈ ਵਾਰਦਾਤ ਤੁਹਾਡੀ ਦੁਕਾਨ 'ਤੇ ਹੋ ਜਾਂਦੀ ਆ ਅਤੇ ਤੁਸੀਂ ਖੁਦ ਜ਼ਿੰਮੇਵਾਰ ਦੇ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸਰ 5-10 ਮਿੰਟ ਮੈਂ ਚੱਲ ਜਾਣਾ, ਮੈਂ ਇਸ ਚੀਜ਼ ਦਾ ਕਾਹਦਾ ਐਫੀਡੇਵਿਟ ਬਣਾ ਦਾ। ਬਸ ਇੰਨੀ ਗੱਲ ਤੋਂ ਜੀ ਗੁੱਸਾ ਕਰਕੇ ਅਤੇ ਮੈਨੂੰ ਧੂ ਕੇ ਚੌਂਕੀ ਲੈ ਗਏ ਆ। ਚੌਂਕੀ ਉਹਨਾਂ ਨੇ ਬਹੁਤ ਮੇਰੇ ਨਾਲ ਹਰੋਸਮੈਂਟ ਕਰਕੇ ਮੈਨੂੰ ਕੁੱਟਿਆ, ਸਾਰੇ ਰਸਤੇ 'ਚ ਕੁੱਟਦੇ ਲੈ ਕੇ ਗਏ ਆ ਜੀ। ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ। ਹੁਣ ਜੀ ਮੈਂ ਮੈਡੀਕਲ ਕਰਾਉਣ ਚੱਲਾਂ, ਮੇਰੇ ਮੋਢੇ ਦੇ ਸੱਟ, ਮੇਰੀਆਂ ਲੱਤਾਂ ਦੇ ਸੱਟ ਲੱਗੀ ਆ, ਮੇਰੇ ਕੰਨ ਦਾ ਪਰਦਾ ਵੱਟ ਆ, ਮੈਨੂੰ ਸੁਣਦਾ ਨਹੀਂ ਪਿਆ ਕੁਛ ਵੀ। ਹਾਂਜੀ ਉੱਚ ਅਧਿਕਾਰੀਆਂ ਨੇ ਗੱਲਬਾਤ ਕੀਤੀ ਆ, ਉਹ ਕਹਿੰਦੇ ਸ਼ਾਮ ਤੱਕ ਤੁਹਾਨੂੰ ਕੋਈ ਨਾ ਕੋਈ ਇਨਸਾਫ਼ ਦਿਵਾਉਂਦੇ ਆ ਜੀ। ਮੈਨੂੰ ਇਸ ਚੀਜ਼ ਦਾ ਇਨਸਾਫ਼ ਚਾਹੀਦਾ ਹੈ। ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਸ਼ਹਿਰ ਵਾਸੀ ਉਸ ASI ਤੋਂ ਤੰਗ ਆ ਜੀ। ਮੇਰੇ ਤੋਂ ਇਲਾਵਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਜੀ। ਸਰ ਕੱਲ੍ਹ ਹੈਗੇ 31 ਦਸੰਬਰ ਲਾਸਟ ਦਿਨ ਹੀ ਸਾਲ ਦਾ, ਅਤੇ ਸੀਨੀਅਰ ਅਫਸਰਾਂ ਨੂੰ ਹਦਾਇਤਾਂ ਸੀ ਵੀ ਗਸ਼ਤ ਵਧਾਈ ਜਾਵੇ, ਵੀ ਕੋਈ ਮਾੜੀ ਘਟਨਾ ਨਾ ਹੋ ਸਕੇ, ਕੋਈ ਵਾਰਦਾਤ ਨਾ ਹੋਵੇ। ਇੱਥੇ DJ ਲੱਗਾ ਸੀ, ਮੋਰੀ ਗੇਟ ਆ, ਉੱਥੇ DJ ਲਾ ਕੇ ਸ਼ਰਾਬ ਪੀ ਕੇ ਮੁੰਡੇ ਭੰਗੜਾ ਪਾ ਰਹੇ। ਉੱਥੇ ਅਸੀਂ ਗਏ, ਚਲੋ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਅਸੀਂ ਕਿਹਾ ਵੀ ਨਹੀਂ ਇਹ ਗਲਤ ਆ, ਵੀ ਇਤਰਾਜ਼ ਕਰਦੇ ਨੇ ਲੋਕ ਤੁਹਾਡੇ ਆਂਢ ਗੁਆਂਢ, ਤੁਸੀਂ ਬੰਦ ਕਰ ਦਿਓ ਇਹਨਾਂ ਨੂੰ। ਕੁਛ ਬੰਦੇ ਗਲਤ ਬੋਲਦੇ ਸੀ, ਚਲੋ ਵਿੱਚੋਂ ਸਿਆਣਿਆਂ ਨੇ ਬੰਦ ਕਰਾ ਕੇ ਬੰਦਿਆਂ ਨੇ ਉਹ ਲੈ ਗਏ। ਬਾਅਦ ਕਈ ਦੁਕਾਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਬੰਦ ਟਾਈਮ ਸਿਰ ਕਰ ਲਿਓ, ਨਵਾਂ ਸਾਲ ਆ ਹਨਾ, ਕੋਈ ਗੱਲਬਾਤ ਨਾ ਹੋ ਜਾਏ ਜੀ। ਸਾਰਿਆਂ ਨੇ ਸਾਡੀ ਗੱਲ ਮੰਨ ਲਈ ਜੀ, ਹੱਥ ਜੋੜ ਕੇ ਸਾਰਿਆਂ ਨੂੰ ਕਿਹਾ। ਅੱਗੇ ਇੱਕ ਦੁਕਾਨ ਸੀ ਡਾਇਮੰਡ ਬੇਕਰੀ, ਸ਼ਾਇਦ ਉਹ ਬੇਕਰੀ ਸੀ ਡਾਇਮੰਡ ਬੇਕਰੀ, ਉਹਦੇ ਅੰਦਰ ਕਾਫੀ ਲੇਡੀਜ਼ ਅਤੇ ਜੈਂਟਸ ਹੈਗੇ ਸੀ, ਬੱਚੇ ਸੀ ਜ਼ਿਆਦਾ। ਉਹਨੂੰ ਮੈਂ ਹੱਥ ਜੋੜ ਕੇ ਕਿਹਾ, ਜਿਹੜਾ ਵੀ ਇਹ ਦੁਕਾਨਦਾਰ ਸੀ ਮੈਨੂੰ ਨਾਮ ਹੀ ਨਹੀਂ ਪਤਾ, ਮੈਂ ਭਾਅ ਜੀ ਬੰਦ ਕਰ ਲਿਓ ਟਾਈਮ ਸਿਰ ਤਾਂ ਥੋੜ੍ਹੀ ਭੀੜ ਘਟਾ ਦਿਓ। ਉਹ ਕਿਉਂ ਕਹਿੰਦਾ ਵੀ ਨਹੀਂ ਇਹ ਮੈਂ ਬੰਦ ਹੋਣੀ ਨਹੀਂ, ਮੇਰੀ ਲੋਕਡਾਊਨ 'ਚੋਂ ਨਹੀਂ ਬੰਦ ਹੋਈ ਸੀ,
ਵੀ ਤੁਸੀਂ ਇਸ ਤਰ੍ਹਾਂ 100-100 ਰੁਪਏ ਲੈ ਕੇ ਦੇ, ਤੁਸੀਂ ਕੰਮ ਕਰਦੇ ਜੇ, ਤੁਸੀਂ ਕੌਣ ਦੇ, ਸਾਨੂੰ ਕਹਿਣਾ ਤੁਹਾਡਾ ਲੈਵਲ ਨਹੀਂ ਹੈਗਾ, ਮੈਮ ਮੇਰੀ ਡਿਊਟੀ ਬਣਦੀ, ਮੈਂ ਤੁਹਾਨੂੰ ਕਹਿਣ ਦਿਆਂ ਵਾ ਜੇ ਕੋਈ ਵਾਰਦਾਤ ਹੋ ਜਾਏ ਦੇ, ਉਹਦਾ ਜੇ ਵਾਰਦਾਤ ਹੋ ਜੂਗੀ ਸਾਰੇ ਚੰਡਿਆਲੇ 'ਚ ਮੇਰੀ ਜ਼ਿੰਮੇਵਾਰੀ। ਉੱਥੇ 20-25 ਜਿਹੜੇ ਜਨਾਨੀਆਂ ਅਤੇ ਜੈਂਟਸ ਆ ਉਹ ਵੀ ਇਸ ਚੀਜ਼ ਦੇ ਗਵਾਹ ਹੋਣਗੇ ਵੀ ਇਹਨੇ ਇਹ ਗੱਲ ਕਹੀ, ਮੈਂ ਵੀ ਤੁਸੀਂ ਗਲਤ ਗੱਲ ਕਰਨ ਡੇ ਜੇ। ਫਿਰ ਉਹ ਗਲਤ ਗਾਲਾਂ ਕੱਢਣ ਲੱਗਿਆ, ਮੈਂ ਹੱਥੀ ਚੁੜੀ ਗਿਆ, ਤੁਸੀਂ ਵੀਡੀਓ ਵੇਖ ਲਓ, ਮੈਂ ਹੱਥ ਜੁੜਦਾ ਭਾਅ ਜੀ ਵੀ ਬੰਦ ਕਰ ਲਓ ਜਾਂ ਘੱਟ ਕਰ ਲਓ ਗੈਦਰਿੰਗ। ਇਸ ਤਰ੍ਹਾਂ ਮੈਂ ਵੀ ਰਾਤ ਹੁਣ 31 ਦਸੰਬਰ ਆ, ਅਤੇ ਮਾੜੇ ਮਾੜੇ ਅੰਸਰ ਆ, ਕੋਈ ਗੱਲਬਾਤ ਨਾ, ਕੋਈ ਲੁੱਟ ਖੋਹ ਨਾ ਆ ਜਾਏ, ਕੋਈ ਲੜਾਈ ਝਗੜਾ ਨਾ ਹੋ ਜਾਏ। ਉਹ ਫਿਰ ਗਲਤ ਗੱਲ ਕਰਨ ਲੱਗ ਗਿਆ, ਗਾਲਾਂ ਕੱਢਣ ਲੱਗ ਗਿਆ, ਉੱਥੇ ਲੇਡੀ ਸੀ ਔਰ ਮੈਂ ਬਾਹਰ ਲੈ ਗਿਆ ਉਹਨੂੰ, ਮੈਂ ਤੂੰ ਆ ਜਾ, ਤੁਸੀਂ ਤੁਸੀਂ ਵੇਖ ਲਓ, ਉਹ ਤਾਂ ਧਿਆਨ ਨਹੀਂ ਦਿੰਦਾ ਮੇਰੀ ਗੱਲ 'ਤੇ, ਮੈਂ ਰਿਕੁਐਸਟ ਕਰਨਾ ਵਾ ਜਿਹੜੀ ਵੀਡੀਓ ਬਣੀ ਹੋਊਗੀ ਉਹਨਾਂ ਨੇ ਬਣਾਈ ਹੋਊਗੀ, ਅਸੀਂ ਤਾਂ ਬਣਾਈ ਨਹੀਂ। ਉਹ ਬਾਹਰ ਜਦੋਂ ਆਇਆ ਬਾਹਰ ਅੰਦਰ ਫਿਰ ਉਹਨੇ ਗਾਲਾਂ ਕੱਢਤੀਆਂ, ਉਹਨੇ ਨਾਲ ਹੀ 40-50 ਬੰਦੇ ਉਹਨਾਂ ਦੇ ਆ ਗਏ ਉੱਥੇ ਜਿਹੜੇ ਦੁਕਾਨਦਾਰ ਨੇ, ਚਲੋ ਭਾਜੀ ਕੋਈ ਗਲਤੀ ਹੋ ਗਈ ਹੈ ਕੋਈ ਗੱਲ ਨਹੀਂ ਹੈ, ਹੈ ਨਾ ਜੀ। ਆਹ ਉਹ ਲਿਖ ਕੇ ਦੇ ਗਿਆ ਵਾ 40-50 ਬੰਦਿਆਂ ਦੀ, ਸਾਡੇ ਵੀ ਕੰਮ ਲੱਗੇ 60 ਵੀ, 40-50 ਬੰਦਿਆਂ 'ਚ ਹੀ ਆਇਆ ਉਹ। ਆਹ ਲਿਖ ਕੇ ਦੇ ਗਿਆ ਵਾ ਵੀ ਮੇਰੇ ਕੋਲ ਗਲਤੀ ਹੋ ਗਈ ਆ, ਤੁਹਾਨੂੰ ਮੈਂ ਗਲਤ ਬੋਲ ਕੇ ਗਾਲ ਕੱਢਤੀ ਆ, ਮੈਨੂੰ ਮਾਫ਼ੀ ਦਿੱਤੀ ਜਾਵੇ, ਅਤੇ ਚਲੇ ਗਏ ਜੀ ਬਸ, ਕੋਈ ਗੱਲ ਨਹੀਂ, ਅਸੀਂ ਸਰ ਡਿਊਟੀ ਕਰਨੇ ਆ ਆਪਣੀ, ਠੀਕ ਆ। ਅਤੇ ਆਏ ਰਾਤੀ 2 ਵਜੇ ਤੱਕ ਅਸੀਂ ਸਾਰਾ ਇਲਾਕਾ ਜਨਜਨ ਪੂਰਾ ਸ਼ਾਂਤ ਹੋ ਗਿਆ ਵਾ, ਉਹ ਤੋਂ ਬਾਅਦ ਅਸੀਂ ਰੋਟੀ ਖਾ ਕੇ ਅਤੇ ਫਿਰ 2:30 ਵਜੇ ਫਿਰ ਚੱਲ ਗਏ ਗਸ਼ਤ 'ਤੇ, ਜੋ ਆਪਣਾ ਸੀਨੀਅਰ ਅਫਸਰਾਂ ਦੇ ਹਦਾਇਤ ਮੁਤਾਬਕ। ਚਲੋ ਵੀਡੀਓ 'ਚ ਵੇਖ ਲਓ, ਉਹ ਲੇਡੀਜ਼ ਨੇ, ਮੇਰੇ ਹੱਥ ਜੋੜ ਕੇ ਮੈਂ ਸਗੋਂ ਉਹਨੂੰ ਬਾਹਰ ਲੈ ਗਿਆ ਵੀ ਗਾਲਾਂ ਕੱਢਣ ਦਿਆ ਸੀ, ਉਹ ਲੇਡੀ ਸੀ, ਚੰਗਾ ਨਹੀਂ ਲੱਗਦਾ ਪਿਆ ਸੀ, ਉਹ ਬਹਿਸ ਵਿਆਹ ਸੀ ਕਰੀ ਜਾ ਰਿਹਾ, ਵਿਆਹ ਸੀ ਕਰੀ ਜਾ ਰਿਹਾ ਸੀ, ਉਹਦੇ ਯੂਨੀਫਾਰਮ 'ਚ ਹੈਗੇ ਜੀ, ਅਸੀਂ ਵੇਖ ਲਓ, ਉਹਦੇ ਕੋਈ ਗੱਲ ਹੀ ਨਹੀਂ ਹੈਗੀ ਸ਼ਰਾਬ ਵਾਲੀ, ਡਰਿੰਕ ਵਾਲੇ ਡਿਊਟੀ 'ਤੇ ਕੋਈ ਵੀ ਨਹੀਂ ਡਰਿੰਕ ਕਰਦਾ ਸਾਡੇ ਜੀ। ਰਾਤੀ ਮੇਰਾ ਲੜਕਾ ਬੈਠਾ ਜੀ, 9:30 ਵਜੇ ਦੀ ਦੁਕਾਨ ਗੱਲ ਹੈਗੀ ਆ, ਸੌਦਾ ਦੇ ਰਿਹਾ ਅਤੇ ਉਹਨੇ ਦੁਕਾਨ ਬੰਦ ਕਰੋ, ਉਹ ਇੰਨਾ ਹੀ ਕਰ ਦਿੰਦੇ, ਉਹ ਰਾਜਵੀਰ ਹੀ ASI ਦੇ ਨਾਲ 3 ਮੁਲਾਜ਼ਮ ਹੋ ਰਹੀ, ਨਸ਼ੇ ਦੇ ਵਿੱਚ ਪੂਰੀ ਗੁੰਡਾਗਰਦੀ ਕੀਤੀ, ਉਹਨਾਂ ਨੇ ਮੁੰਡੇ ਨੂੰ ਦੁਕਾਨ ਦੇ ਅੰਦਰੋਂ ਧੂਗੇ ਲੈ ਕੇ ਗਏ ਆ, ਗੁਰਦੇ ਥਾਣੇ 'ਤੇ ਖੜ੍ਹੇ ਆ ਉਹਨੂੰ, ਅਤੇ ਥਾਣੇ ਜਾ ਕੇ ਬਹੁਤ ਕੁੱਟਿਆ, ਬਹੁਤ ਡੂੰਘੀਆਂ ਗੁੱਝੀਆਂ ਸੱਟਾਂ ਲੱਗੀਆਂ ਨੇ, ਇਹਦਾ ਗੁੰਡਾਗਰਦੀ ਦਾ ਬਿਲਕੁਲ ਨੰਗਾ ਨਾਚ ਇਹਨਾਂ ਨੇ ਵਿਖਾਇਆ ਪੰਡਸਾਲਿਆਂ ਨੇ, ਅਤੇ ਸਾਨੂੰ ਇਨਸਾਫ਼ ਚਾਹੀਦਾ ਵਾ ਕਿ ਬੰਦੇ ਮੇਰੇ ਮੁੰਡੇ ਨੂੰ ਕੁਛ ਹੋ ਜਾਂਦਾ ਅਤੇ ਇਕੱਲਾ ਇਕੱਲਾ ਮੁੰਡਾ ਮੈਂ ਕੀ ਕਰਨਾ ਹੈ, ਇਹ ਤਾਂ ਬਹੁਤ ਮਾੜੀ ਗੱਲ ਆ, ਸਾਨੂੰ ਇਨਸਾਫ਼ ਚਾਹੀਦਾ, ਇਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੇ ਬੰਦਿਆਂ ਨੇ ਕੀਤੀ ਹਰਕਤ ਬਿਨਾਂ ਵਜ੍ਹਾ, ਉਹਨੂੰ ਹੱਥ ਮਾਰਿਆ ਕੁੱਟਿਆ, ਉਹਨੇ ਕੁਛ ਸਮੈਕ ਵੇਚਣ ਡਿਆ ਜੀ, ਜਾਂ ਕੋਈ ਸ਼ਰਾਬ ਵੇਚਣ ਡਿਆ, ਕੋਈ ਜ਼ੁਲਮ ਉਹਨੇ ਕੀਤਾ ਜਿਹੜਾ ਬਿਨਾਂ ਵਜ੍ਹਾ ਜੀ, ਉਹਨੂੰ ਪੁੱਟਦੇ ਲੱਗ ਗਏ ਆ ਥਾਣੇ ਤੱਕ, ਚੌਂਕੀ ਤੱਕ, ਇਹ 9:30 ਵਜੇ ਦੇ ਵਿੱਚ ਹੀ ਘਟਨਾ। ਪੁਲਿਸ ਨੇ ਇਹੋ ਕਿਹਾ ਤੁਸੀਂ ਦੁਕਾਨ ਬੰਦ ਕਰੋ, ਅਤੇ ਉਹ ਕਹਿੰਦਾ ਜੀ ਮੁੰਡੇ ਨੇ ਕਿਹਾ ਧਰ ਦਿੰਦੇ ਹਾਂ, ਅਤੇ ਉਹਨੇ ਕਿਹਾ ਜੀ ਘਟਨਾ ਹੋ ਸਕਦੀ ਆ, ਉਹਦਾ ਬਾਰੇ ਹੁਣ ਜਿਹੜੇ ਗਾਹਕ ਆਏ ਨੇ ਉਹਨੂੰ ਸੌਦਾ ਦੇ ਲਈ, ਉਹ ਵੀ ਗੁਰਦੁਆਰਾ ਸਾਹਿਬ ਦੇ ਕੋਈ ਸਮਾਨ ਲੈਣ ਆਏ ਸੀ, ਉਹਨਾਂ ਨੇ ਕੀਰਤਨ 'ਤੇ ਵੜਨਾ ਸੀ ਕੁਛ, ਅਸੀਂ ਆਪਣੇ ਉਹਨਾਂ ਨੂੰ ਫ੍ਰੀ ਦਿੰਦੇ ਹਾਂ ਗਲਾਸ, ਅਤੇ ਉਹ ਉਹਨਾਂ ਨੂੰ ਕਿਹਾ ਸੀ ਦੇ ਦਿੰਦੇ ਇਹਨਾਂ ਤੋਂ ਆਪਾਂ ਦੁਕਾਨ ਵਧਾ ਦਿੰਦੇ ਹਾਂ, ਉਹਨਾਂ ਨੇ ਗੱਲ ਨਹੀਂ ਸੁਣੀ, ਕਹਿੰਦਾ ਲੈ ਕੋਈ ਗੱਲਬਾਤ ਹੋ ਗਈ ਜਾਏ ਤੁਸੀਂ ਜ਼ਿੰਮੇਵਾਰ ਹੋ, ਮੋਰੇ ਕਹੇ ਜ਼ਿੰਮੇਵਾਰੀ ਕੋਈ ਗੱਲ ਨਹੀਂ ਸੀ ਦੁਕਾਨ ਵਧਾ ਦਿੰਦੇ ਹਾਂ, ਬਸ ਇਸੇ ਗੱਲ ਤੋਂ ਉਹਨੂੰ ਮੁੰਡੇ ਨੂੰ ਇੱਥੋਂ ਗੱਡੀ 'ਤੇ ਫੜ ਕੇ ਮੈਂ ਇੱਥੇ ਆ ਜਾਂਦੀ, ਲੈ ਗਏ ਨਾਲ, ਇਹਨਾਂ ਨੇ ਰਾਹ 'ਚ ਵੀ ਕੁੱਟਦੇ ਖੜ੍ਹੇ ਆ, ਉੱਥੇ ਜਾ ਕੇ ਬਹੁਤ ਕੁੱਟਿਆ, ਮੋਬਾਈਲ ਵੀ ਇਹਦੇ ਖੋਲ੍ਹੇ ਆ, ਮੋਬਾਈਲ ਵੀ ਇੱਕ ਸਵੇਰੇ ਦਿੱਤਾ, ਹਾਂ ਸਾਰੀ ਰਿਕਾਰਡਿੰਗ ਹੈਗੀ ਆ, ਮੰਗ ਇਹੋ ਹੀ ਇੱਕ ਵਜੇ ਬਿਨਾਂ ਵਜੇ ਕੁੱਟਣ ਦਾ ਕੀ ਹੱਕ ਕੀ ਹੈਗਾ ਉਹਨਾਂ ਦਾ, ਜਦੋਂ ਉਹਨੇ ਕੋਈ ਜ਼ੁਲਮ ਕੀਤਾ ਵਾ ਜਾਂ ਉਹਨੇ ਕੋਈ ਕਿਸੇ ਨੂੰ ਕਿਹਾ ਵਾ ਕੁਛ ਚੰਗਾ ਮਾੜਾ ਕਿਹਾ, ਫਿਰ ਤਾਂ ਗੱਲ ਕਰਨ ਦਾ ਕੋਈ ਕੁੱਟਣ ਦਾ ਹੱਕ ਨਹੀਂ ਮੰਨਦਾ, ਉਹਨੇ ਕਿਹੜਾ ਕੋਈ ਜ਼ੁਲਮ ਕੀਤਾ ਕ੍ਰਾਈਮ ਕੀਤਾ ਵਾ,